ਪਟਿਆਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪੂਰਵ ਕੈਬਨਿਟ ਮੰਤਰੀ ਦੇ ਪਿਤਾ ਦੀ ਬਰਸੀ ਦੇ ਮੌਕੇ ਰੱਖੇ ਗਏ ਸ਼੍ਰੀ ਅਖੰਡ ਪਾਠ ਦੇ ਪਹਿਲੇ ਦਿਨ ਮੱਥਾ ਟੇਕਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ। ਇਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਵਾਰਤਾ ਕਰ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਹੁਣ ਲੋਕਾਂ ਦੇ ਸਾਹਮਣੇ ਖਹਿਰਾ ਦਾ ਪਰਦਾਫਾਸ਼ ਹੋ ਗਿਆ। ਉਸ ਦੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਹੀ ਨਹੀਂ ਬਲਕਿ ਇਹ ਉਹਨਾਂ ਦਾ ਮੁੱਖ ਸਰੰਗਣਾ ਹੈ। ਇਸੇ ਨਸ਼ੇ ਦੀ ਤਸਕਰੀ ਦਾ ਪੈਸਾ ਸਿੱਧਾ ਕੇਜਰੀਵਾਲ ਦੇ ਕੋਲ ਜਾਂਦਾ ਹੈ। ਫਾਜ਼ਿਲਕਾ ਦੇ ਕੋਰਟ ਨੇ ਇੱਕ ਬਹੁਤ ਵੱਡੀ ਡਰੱਗ ਗੈਂਗ ਸੀ, ਉਹਦੇ ਦੋ ਮੈਂਬਰਸ ਨੂੰ, ਦੋ ਜਾਂ ਤਿੰਨ ਮੈਂਬਰ ਸੀ, ਉਹਨਾਂ ਨੂੰ 20 ਸਾਲ ਦੀ ਸਜ਼ਾ ਦਿੱਤੀ ਕਿਉਂਕਿ ਉਹ ਬਹੁਤ ਇੰਟਰਨੈਸ਼ਨਲ ਡਰੱਗ ਕਾਟਲ ਸੀ। ਉਸ ਵਰਡਿਕਟ ਵਿੱਚ ਉਹਨਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਉਸ ਡਰੱਗ ਕਾਟਲ ਦਾ ਮੈਂਬਰ ਹੀ ਨਹੀਂ, ਉਹਨਾਂ ਦਾ ਲੀਡਰ ਹੈ। ਉਹਨਾਂ ਨੇ ਵਰਡਿਕਟ ਦਿੱਤਾ ਆਪਣਾ ਅਤੇ ਉਹਨਾਂ ਨੇ ਡਾਇਰੈਕਟ ਕੀਤਾ ਪੁਲਿਸ ਨੂੰ ਕਿ ਉਹਨੂੰ ਪੇਸ਼ ਕੀਤਾ ਜਾਏ ਅਤੇ ਉਹਦੇ 'ਤੇ ਕਾਰਵਾਈ ਸ਼ੁਰੂ ਕੀਤੀ ਜਾਏ। ਆਹ ਕੋਰਟ ਦਾ ਵਰਡਿਕਟ ਹੈ, ਕੋਈ ਪੋਲੀਟੀਕਲ ਜਾਂ ਕੋਈ ਪੁਲਿਸ ਦਾ ਜਾਂ ਕੋਈ ਵਰਡਿਕਟ ਨਹੀਂ ਹੈ। ਉਸ ਵਰਡਿਕਟ ਦੇ ਖਿਲਾਫ ਸੁਖਪਾਲ ਖਹਿਰਾ ਹਾਈ ਕੋਰਟ 'ਚ ਗਏ। ਹਾਈ ਕੋਰਟ ਵਿੱਚ ਉਹਨਾਂ ਨੇ ਆਹ ਸਾਰਾ ਵਰਡਿਕਟ ਨੂੰ ਸਟੇ ਕਰਨ ਦੀ ਕਿਹਾ ਕਿ ਇਹ ਗਲਤ ਹੈ। ਹਾਈ ਕੋਰਟ ਨੇ ਸਾਰਾ ਦੇਖ ਕੇ, ਰਿਕਾਰਡ ਦੇਖ ਕੇ, ਸਾਰੀ ਇਨਵੈਸਟੀਗੇਟ ਦੇਖ ਕੇ ਉਹਨਾਂ ਨੇ ਕਿਹਾ, ਅੱਜ ਕਲੀਅਰ ਕੀਤਾ ਕਿ ਜੋ ਹਾਈ ਸੈਸ਼ਨ ਕੋਰਟ ਨੇ ਕਿਹਾ ਠੀਕ ਹੈ। ਸੁਖਪਾਲ ਖਹਿਰਾ ਉੱਥੇ ਪੇਸ਼ ਹੋਏ ਅਤੇ ਹੁਣ ਆਪਣਾ ਉਸ ਕ੍ਰਿਮੀਨਲ ਕੇਸ ਵਿੱਚ ਉਹਦੇ 'ਤੇ ਟ੍ਰਾਇਲ ਸ਼ੁਰੂ ਹੋਊਗੀ। ਆਹ ਇਹਨਾਂ ਦਾ ਲੀਡਰ ਆਫ ਦੀ ਆਪੋਜੀਸ਼ਨ ਪਾਰਟੀ ਦਾ ਆਪ ਇਨਵੋਲਵ ਸੀਗਾ ਅਤੇ ਅੱਜ ਕੋਰਟ ਨੇ ਉਹਦੇ 'ਤੇ ਮੋਹਰ ਲਾਈ ਹੈ। ਅਤੇ ਮੈਂ ਕਹਿੰਦਾ ਕੇਜਰੀਵਾਲ ਸਾਹਿਬ ਨੂੰ ਇਹਨੂੰ ਪਾਰਟੀ 'ਚੋਂ ਡਿਸਮਿਸ ਕਰਨਾ ਚਾਹੀਦਾ ਅਤੇ ਨਾਲੇ ਆ ਜਿਹੜੇ ਇਹਦੇ ਪੂਰੇ ਐਕਸ਼ਨ ਜਲਦੀ ਹੋਣਾ ਚਾਹੀਦਾ। ਪਟਿਆਲਾ ਤੋਂ ਬਲਿੰਦਰ ਬਿਨੀ ਦੀ ਰਿਪੋਰਟ, ਚੈਨਲ 2।